ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਪਜੀ ਢਾਲੇਵਾਲ ਯੂਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਆ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਕਿ ਜਦੋਂ ਅਸੀਂ ਨਵੇਂ-ਨਵੇਂ ਉੱਥੇ ਆਉਂਨੇ ਆ ਸਾਨੂੰ ਖਾਸ ਕਰਕੇ ਸਾਸੀ ਪੰਜਾਬੀ ਭਰਾ ਸਾਡੇ ਹਨ ਮੈਂ ਵੀ ਤੁਹਾਡੇ ਚੀਜ਼ਾਂ ਲਈ ਲੱਗ ਬਹੁਤ ਹੁੰਨੇ ਆ ਗੱਲਾਂ ਸੁਣਨਾ ਸੁਨਾਈਆਂ ਕਰਕੇ ਨਾ ਅਸੀਂ ਇੱਥੇ ਬਹੁਤ ਗਲਤੀਆਂ ਕਰਦੇ ਆ ਹਨ ਜਿਵੇਂ ਕਿਸੇ ਨੇ ਕਹਿਤਾ ਕਿ ਯਾਰ ਆਏ ਨਹੀਂ ਇੱਥੇ ਆਏ ਹੁੰਦਾ ਸੀ ਉਹਦੇ ਪਿੱਛੇ ਲੱਗ ਜੰਨੇ ਆ ਸੋ ਗਲਤੀਆਂ ਕਰਨੀਆਂ ਨਹੀਂ ਅਸੀਂ ਉਹਨਾਂ ਤੋਂ ਬਚਣਾ ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਸੋ ਕਿਹੜੀਆਂ-ਕਿਹੜੀਆਂ ਅਸੀਂ ਗਲਤੀਆਂ ਕਰਦੇ ਆ ਉਹਨਾਂ ਦੀ ਅੱਜ ਥੋੜੀ ਜਿਹੀ ਗੱਲ ਕਰਾਂਗੇ ਇਹ ਤੁਸੀਂ ਸਟੂਡੈਂਟ ਆਇਓ ਚਾਹੇ ਵਰਕ ਪਰਮਿਟ ਤੇ ਆਇਓ ਜੋ ਮਰਜੀ ਆਇਓ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੁਸੀਂ ਇੱਥੇ ਗਲਤੀਆਂ ਨਹੀਂ ਕਰ ਰਹੀਆਂ ਜਿਹੜੇ ਬੰਦੇ ਨੂੰ ਲੱਗਦਾ ਮੈਂ ਨੈਗੇਟਿਵ ਕਰਦਾ ਉਹ ਪਲੀਜ਼ ਵੀਡੀਓ ਤੋਂ ਦੂਰ ਰਹਿਣ ਜਿਹੜੇ ਬੰਦੇ ਨੂੰ ਲੱਗਦਾ ਜਿਹੜੇ ਸੀਰੀਅਸ ਆ ਅਸੀਂ ਇੱਥੇ ਕੁਝ ਕਰਨਾ ਅਸੀਂ ਪੱਕੇ ਹੋਣਾ ਪੀਆਰ ਲੈਣੀ ਆ ਉਹ ਬੰਦੇ ਵੀਡੀਓ ਜਰੂਰ ਦੇਖਣ ਤਾਂ ਕਿ ਉਹ ਗਲਤੀਆਂ ਨਾ ਕਰਨ ਜਿਹੜੀਆਂ ਉਹ ਕਾਮਨ ਗਲਤੀਆਂ ਕਰਦੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਆ ਕਿ ਪਲੀਜ਼ ਚੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਸੀਂ ਚੈਨਲ ਤੇ ਪੁਰਾਣੇ ਹੋ ਬਟ ਹਲੇ ਸਬਸਕ੍ਰਾਈਬ ਕੀਤਾ ਫਿਰ ਵੀ ਸਬਸਕ੍ਰਾਈਬ ਕਰ ਲਓ ਹਨਾ ਤੁਸੀਂ ਭੁੱਲੇ ਜਾਂਨੇ ਹੋ ਮੈਨੂੰ ਪਤਾ ਸੋ ਕਰ ਲਿਓ ਦੂਸਰੇ ਨੰਬਰ ਤੇ ਜਿਹੜੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਦੇ ਆ ਉਹ ਹੈਲੋ ਹਾ ਨੂੰ ਛੱਡ ਕੇ ਪਲੀਜ਼ ਡਾਇਰੈਕਟ ਵਾਇਸ ਨੋਟ ਛੱਡਿਆ ਕਰੋ ਮੈਨੂੰ ਟ੍ਰਿਪਲ ਟ੍ਰਿਪਲ ਟਾਈਮ ਤੁਹਾਡੇ ਅਕਾਊਂਟ ਤੇ ਜਾ ਕੇ ਮੈਸੇਜ ਕਰਨਾ ਪੈਂਦਾ ਸੋ ਫਿਰ ਜਦੋਂ ਤੁਸੀਂ ਵਾਇਸ ਨੋਟ ਛੱਡ ਦਿਓਗੇ ਤਾਂ ਚੰਗੀ ਗੱਲ ਆ ਨਹੀਂ ਫਿਰ ਮੈਨੂੰ ਛੱਡਣਾ ਪਊਗਾ ਸਾਰਾ ਕੁਝ ਹਨ ਸੋ ਪਲੀਜ਼ ਇਹ ਗੱਲ ਦਾ ਧਿਆਨ ਰੱਖਿਓ ਜਿਹੜਾ ਆਪਾਂ ਹੈਲਪ ਗਰੁੱਪ ਬਣਾਇਆ ਉਹਦੇ 'ਚ ਵੀ ਬਸ ਆਪਦੇ ਕੰਮ ਦੀ ਗੱਲ ਹੀ ਕਰਿਆ ਕਰੋ ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦਿੱਤਾ ਤੁਸੀਂ ਜੁਆਇਨ ਕਰ ਸਕਦੇ ਹੋ ਉਹਨੂੰ ਸੋ ਉਹਦੇ 'ਚ ਵੀ ਕੰਮ ਦੀ ਗੱਲ ਹੀ ਕਰਿਆ ਕਰੋ ਤਾਂ ਕਿ ਹਰ ਇੱਕ ਬੰਦੇ ਦਾ ਫਾਇਦਾ ਹੋ ਸਕੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਚੀਜ਼ ਦੇ ਵਿੱਚ ਨਾ ਇਹ ਕਿਹੜਾ WhatsApp ਦੇ ਵਿੱਚ ਤੁਸੀਂ ਜੋ ਗਰੁੱਪ ਦੇ ਵਿੱਚ ਜੋ ਚੀਜ਼ਾਂ ਦੇਖੋ ਹੁਣ ਕਈ ਬੰਦੇ ਐਡ ਹੋ ਜਾਂਦੇ ਆਪਾਂ ਨੂੰ ਆਪਾਂ ਕਿਸੇ ਨੂੰ ਵੈਰੀਫਾਈ ਤਾਂ ਕਰ ਨਹੀਂ ਸਕਦੇ ਹਨਾ ਉਹ ਕਈ ਵਾਰੀ ਐਡ ਪਾਉਂਦੇ ਆ ਕਿ ਇੱਥੇ ਸਕਿੱਲ ਵੀਜ਼ਾ ਪਿਆ ਦੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਯਾਰ ਜਿਹੜੀ ਇੱਥੇ ਆਪਾਂ ਗਲਤੀ ਕਰਦੇ ਆ ਨਾ ਸੁਣੀਆਂ ਸੁਣਾਈਆਂ ਗੱਲਾਂ ਪਿੱਛੋਂ ਅਸੀਂ ਸਾਡੀ ਜਿਹੜੀ ਧਾਰਨਾ ਅਸੀਂ ਉਹ ਹੀ ਗਲਤ ਬਣਾ ਕੇ ਆਉਂਨੇ ਆ ਬਸ ਉਥੇ ਜਾਣਾ ਕੰਮ ਉਥੇ ਆਪਾਂ 2 ਨੰਬਰ 'ਚ ਹੋ ਜਾਣਾ ਕੋਈ ਚੱਕਰ ਹੀ ਨਹੀਂ ਯਾਰ ਸਟੱਡੀ ਕਰਕੇ ਹੀ ਕਰਨੀ ਆ ਇੱਕ ਵਾਰੀ ਪੈਰ ਪਾ ਲਓ ਯੂਕੇ ਦੇ ਵਿੱਚ ਫੇਰ ਥੋੜੀ ਫੇਰ ਕੋਈ ਥੋੜੀ ਟੈਨਸ਼ਨ ਆ ਫਿਰ ਤਾਂ ਆਪਾਂ ਕੋਈ ਨਾ ਕੋਈ ਰਸਤਾ ਫੜ ਹੀ ਲਵਾਂਗੇ ਤੇ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਜਿਹੜੇ ਨਹੀਂ ਬੰਦੇ ਆਏ ਮੋਂਨਾਂ ਵਾਸਤੇ ਦੱਸਦਾ ਕਿ ਜਦੋਂ ਤੁਸੀਂ ਇੱਥੇ ਆਉਂਨੇ ਹੋ ਯੂਕੇ ਦੇ ਵਿੱਚ ਇਦਾਂ ਦਾ ਕੋਈ ਰੂਲ ਨਹੀਂ ਕਿ ਇੱਕ ਵਾਰੀ ਪੈਰ ਪਾ ਲਓ ਇਦਾਂ ਦਾ ਕੋਈ ਰੂਲ ਨਹੀਂ ਇੱਥੇ ਇੱਕ ਹੀ ਰੂਲ ਆ ਪੱਕੇ ਹੋਣ ਦਾ ਜਿਵੇਂ ਤੁਸੀਂ ਸਟੂਡੈਂਟ ਹੋਨੇ ਹੋ ਸਟੂਡੈਂਟ ਤੋਂ ਬਾਅਦ ਤੁਸੀਂ ਇੱਥੇ ਸਕਿੱਲ ਵੀਜ਼ੇ ਵਾਲੀ ਜੋਬ ਆ ਜਿਹੜੀ ਟਾਇਰ 2 ਜੋਬ ਆ ਉਹ ਲੱਭਣੀ ਆ ਉਸ ਤੇ 5 ਸਾਲ ਲਗਾਤਾਰ ਕੰਮ ਕਰਨਾ ਗਵਰਨਮੈਂਟ ਨੂੰ ਟੈਕਸ ਭਰਨਾ ਜੇ ਤੁਸੀਂ ਲਗਾਤਾਰ ਉਹ ਤੇ 5 ਸਾਲ ਕੰਮ ਕਰੋਗੇ ਤਾਂ ਤੁਹਾਡੀ ਆਈਐਲਆਰ ਲੱਗਣੀ ਨਹੀਂ ਤਾਂ ਨਹੀਂ ਲੱਗਣੀ ਹੋਰ ਇੱਥੇ ਕੋਈ ਰਸਤਾ ਨਹੀਂ ਬਿਨਾ ਵਿਆਹ ਤੋਂ ਵਿਆਹ ਉਹ ਵਾਲਾ ਝੰਝੜ ਮੈਂ ਉਹਦੀ ਗੱਲ ਨਹੀਂ ਕਰਦਾ ਹਨਾ ਹੋਰ ਇੱਥੇ ਕੋਈ ਰਸਤਾ ਨਹੀਂ ਵੀ ਆਪਾਂ ਉੱਥੇ ਕੋਈ ਆ ਚੀਜ਼ ਪਾ ਦੇਾਂਗੇ ਜੇ ਪਾ ਦੇਾਂਗੇ ਉਹ ਪਾ ਦੇਾਂਗੇ ਫਿਰ ਅਸੈਲਮ ਹੀ ਸਿੱਖ ਰਹੀ ਆ ਹੋਰ ਤਾਂ ਕੁਝ ਧਾਰਨਾ ਜਿਹੜੀ ਸਹੀ ਬਣਾ ਕੇ ਆਓ ਤੇ ਰਿਸਰਚ ਕਰਕੇ ਆਓ ਹਰ ਇੱਕ ਚੀਜ਼ ਤੇ ਸਾਡਾ ਕੀ ਮਕਸਦ ਸਿਸਟਮ ਹੁੰਦਾ ਏਜੰਟ ਕੋਲੇ ਗਏ ਉਹ ਕਹਿੰਦਾ ਉੱਥੇ ਆਏ ਆ ਆ ਯੂਨੀਵਰਸਿਟੀ ਆ ਮੈਂ ਕਹਿੰਦਾ ਐਂਡ ਯੂਨੀਵਰਸਿਟੀ ਆ ਅਸੀਂ ਨਹੀਂ ਵੇਖਣਾ ਉਹਨੂੰ ਕੱਢ ਕੇ ਵੀ ਕੇਵ ਜੀ ਯੂਨੀਵਰਸਿਟੀ ਆ ਕੀ ਇਹ ਦਾ ਸਿਸਟਮ ਆ ਕਿੰਨੀ ਕਿ ਇੱਥੇ ਅਕੋਮੋਡੇਸ਼ਨ ਆ ਕਿੰਨੀ ਕਿ ਇੱਥੇ ਪੋਪੂਲੇਸ਼ਨ ਆ ਇੱਥੇ ਕੰਮ ਦੀ ਕੀ ਓਪਰਚ्युनिटीਜ਼ ਆ ਜੇ ਮੈਂ ਕੰਮ ਜੌਬ ਤੇ ਇਹ ਜੇ ਮੈਂ ਕੋਰਸ ਕਰਦਾ ਕੀ ਮੈਨੂੰ ਉੱਥੇ ਕੋਈ ਜੌਬ ਮਿਲੂਗੀ ਸੋ ਇਹ ਚੀਜ਼ਾਂ ਦੀ ਜਿਹੜੀ ਰਿਸਰਚ ਦੀ ਸਾਡੀ ਬਹੁਤ ਵੱਡੀ ਘਾਟ ਆ ਸਪੈਸ਼ਲੀ ਸਾਡੇ ਪੰਜਾਬੀ ਭਰਾਵਾਂ ਦੀ ਹਾਂ ਤੁਹਾਡੇ 'ਚ ਮੈਂ ਵੀ ਹੋਂਨਾ ਘਾਟ ਆ ਜਿਹੜੀ ਬਹੁਤ ਆ ਸਿਰਫ ਸੁਣ ਕੇ ਹਰ ਇੱਕ ਡਿਸੀਜਨ ਕਰ ਲੈਣਾ ਮੈਨੂੰ ਲੱਗਦਾ ਉਹ ਸਹੀ ਨਹੀਂ ਆ ਫਿਰ ਇੱਥੇ ਆ ਕੇ ਜਦੋਂ ਰੈਲਿਟੀ ਨਾਲ ਸਾਡਾ ਜਿਹੜਾ ਸਾਹਮਣਾ ਹੁੰਦਾ ਫਿਰ ਅਸੀਂ ਜਾਣੇ ਆ ਮੈਂਟਲ ਪ੍ਰੋਬਲਮ ਦੇ ਵਿੱਚ ਦੂਜੀ ਗੱਲ ਆਪਾਂ ਕਰਦੇ ਆ ਮੈਂਟਲ ਪ੍ਰੋਬਲਮ ਮੈਂਟਲ ਪ੍ਰੋਬਲਮ ਹੁੰਦੀ ਕਿਉਂ ਆ ਕਿਉਂਕਿ ਸਾਨੂੰ ਪਹਿਲਾਂ ਪਤਾ ਨਹੀਂ ਹੁੰਦਾ ਇੱਥੇ ਇੱਕਦਮ ਅਸੀਂ ਰੈਲਿਟੀ ਦਾ ਜਿਹੜਾ ਸਾਹਮਣਾ ਕਰਦੇ ਹਾਂ ਇੱਕ ਤਾਂ ਇਹ ਮੈਂਟਲ ਪ੍ਰੋਬਲਮ ਦਾ ਕਾਰਨ ਦੂਜਾ ਅਸੀਂ ਮੈਂਟਲੀ ਸਮੱਸਿਆ ਕਿਉਂ ਸਾਹਮਣਾ ਕਰਦੇ ਆ ਪੈਸਾ ਅਸੀਂ ਇੱਥੇ ਆਏ ਹੁੰਦੇ ਨਹੀਂ ਮੈਨੂੰ ਕਈ ਬੰਦੇ ਮੈਸੇਜ ਕਰਦੇ ਆ ਭਾਈ ਜੀ 20 ਦਿਨ ਹੋ ਗਏ ਕੰਮ ਨਹੀਂ ਮਿਲਿਆ ਉਹ 20 ਨੂੰ 20 ਮਹੀਨੇ ਹੀ ਸਮਝੀ ਜਾਂਦੇ ਆ ਉਹ ਪਤੰਦਰੋ ਜਲੰਧਰੋ ਪਠਾਨਕੋਟ ਜਾੜੋ ਉੱਥੇ ਨਹੀਂ 20 ਦਿਨ ਤੱਕ ਕੰਮ ਮਿਲਦਾ 2 ਮਹੀਨੇ 3 ਮਹੀਨੇ ਜੇ ਲੱਗ ਜਾਣਗੇ ਨਾ ਮੈਨੂੰ ਲੱਗਦਾ 3 ਮਹੀਨੇ ਪਹਿਲਾਂ ਚ ਤੁਹਾਨੂੰ ਕੰਮ ਮਿਲ ਜੂਗਾ ਕੋਈ ਪ੍ਰੋਬਲਮ ਨਹੀਂ ਜੇ ਅਸੀਂ ਇਹ ਚੀਜ਼ ਇੰਡੀਆ ਤੋਂ ਸੋਚ ਕੇ ਆਈਏ ਤਾਂ ਮੈਂ ਕਿਹਾ ਬੈਸਟ ਆ ਫਿਰ ਸਾਨੂੰ ਮੈਂਟਲੀ ਪ੍ਰੋਬਲਮ ਨਹੀਂ ਸਾਨੂੰ ਪਤਾ ਯਾਰ ਮੈਂ 3 ਮਹੀਨੇ ਕੋਈ ਪ੍ਰੋਬਲਮ ਨਹੀਂ ਘਰੇ ਪੈਸਾ ਹਜੇ ਫੀਸਾਂ ਭਰੀਆਂ ਨਹੀਂ ਹੁੰਦੀਆਂ ਕਿਰਾਏ ਵਾਲੇ ਦਾ ਕਿਰਾਇਆ ਦਿੱਤਾ ਨਹੀਂ ਜਾਂਦਾ ਕੰਮ ਅਜੇ ਮਿਲਿਆ ਨਹੀਂ ਹੁੰਦਾ ਤੇ ਘਰ ਦੀ ਪਹਿਲਾਂ ਹੀ ਮੈਂ ਘਰੇ ਘਰ ਭਰਦੇ ਹੋ ਘਰ ਭਰਦੇ ਹੋ ਹੁਣ ਸਾਰਾ ਆਪਦੀ ਜਿਹੜੀ ਜ਼ਿੰਦਗੀ ਉਹਨੂੰ ਨਾ ਬਣਾਇਓ ਹੁਣ ਬਹੁਤ ਬੰਦੇ ਥੱਲੇ ਕਮੈਂਟ ਵੀ ਕਰਨਗੇ ਓ ਯਾਰ ਬਾਈ ਪੈਸੇ ਲਾਏ ਆ ਘਰੇ ਤਾਂ ਮੋੜਨੇ ਆ ਯਾਰ ਮੋੜਨੇ ਆ ਆਪਾਂ ਚੱਜ ਨਾਲ ਮੋੜੀਏ ਨਾ ਕੀ ਵੀ ਵੀ ਹਰ ਕਰਕੇ ਕਰੋਗੇ ਤੇ ਤੁਸੀਂ ਜੇ ਮੰਨ ਕੇ ਚਲੋ 2 ਸਾਲ ਇੱਥੇ ਚੱਲੇ ਉਹ ਤੋਂ ਬਾਅਦ ਚੱਲੇ ਹੀ ਨਾ ਫਿਰ ਬਾਈ ਘਰੇ ਵੀ ਕੀ ਬਦਾ ਇਹ ਸੋਚੋ ਵੀ ਘਰੇ ਮੈਂ ਸਾਰੀ ਉਮਰ ਭੇਜਾਂ 2 ਸਾਲ ਜਾਂ 3 ਸਾਲ ਨਾ ਭੇਜਾਂ ਸੋ ਪਹਿਲਾਂ ਰਿਸਰਚ ਕਰਕੇ ਆਓ ਰਿਸਰਚ ਤੋਂ ਬਾਅਦ ਘਰ ਦੀ ਪਹਿਲੇ ਪਹਿਲੇ ਮੈਂ ਮੈਨੂੰ ਇਹ ਹੁੰਦਾ ਵੀ ਜਦੋਂ ਤੁਹਾਡੀ ਸਟੱਡੀ ਆ ਨਾ ਜਿਹੜੇ ਸਟੱਡੀ ਸਟੂਡੈਂਟ ਆ ਕਿ ਤੁਸੀਂ ਸਟੂਡੈਂਟ ਦੇ ਦੌਰਾਨ ਨਾ ਬਸ ਇਹ ਸੋਚੋ ਵੀ ਤੁਹਾਡੀਆਂ ਫੀਸਾਂ ਨਿਕਲ ਜਾਣ ਤੇ ਤੁਹਾਡੇ ਖਰਚ ਨਿਕਲ ਜਾਣ ਕੋਈ ਗੱਲ ਨਹੀਂ 1 ਸਾਲ ਬਾਅਦ ਸਹੀ ਕਰੇ ਠੀਕ ਹੈ ਸੋ ਇਹ ਗਲਤੀ ਜਿਹੜੀ ਤੁਸੀਂ ਨਹੀਂ ਕਰਨੀ ਤੀਜੀ ਤੁਸੀਂ ਗਲਤੀ ਇੱਥੇ ਕੀ ਕਰਦੇ ਹੋ ਤੀਜੀ ਕਹ ਲਓ ਚੌਥੀ ਕਹ ਲਓ ਮੈਨੂੰ ਪਤਾ ਨਹੀਂ ਮੈਂ ਕਿੰਨੀ ਆ ਕਹਿ ਗਿਆ ਇਲੀਗਲ ਐਕਟੀਵਿਟੀਆਂ ਹਨਾ ਅਸੀਂ ਰੋਂਗ ਐਕਟੀਵਿਟੀਆਂ ਬਹੁਤ ਕਰਦੇ ਹਾਂ ਲੋਕਾਂ ਦੇ ਪਿੱਛੇ ਲਾ ਕੇ ਯਾਰ ਕੋਈ ਗੱਲ ਨਹੀਂ ਤੂੰ ਐਂ ਕਰ ਕੈਸ਼ ਤੇ ਕੰਮ ਕਰੀ ਜਾ ਚੁੱਪ ਕਰਕੇ ਕਰੀ ਜਾ ਸੋ ਅੱਜ ਦੀ ਜੇ ਮੈਂ ਗੱਲ ਕਰਾਂ ਨਾ 2024 ਮਈ ਦੀ ਗੱਲ ਕਰਾਂ ਤੇ ਬਾਈ ਰੇਡਸ ਇੰਨੀ ਆ ਜਿਆਦਾ ਵਾਧੀਆਂ ਹੁਣ ਫੇਰ 네ਗਟਿਵ ਵਾਲੇ 네ਗਟਿਵ ਹੋ ਜਾਣਗੇ 네ਗਟਿਵ ਨਹੀਂ ਅਲਰਟ ਅਲਰਟ ਰੋ ਹਰ ਇੱਕ ਚੀਜ਼ ਤੇ ਮੈਂ ਨਹੀਂ ਕਹਿੰਦਾ ਕੰਮ ਨਾ ਕਰੋ ਸੋ ਮੈਂ ਕਹਿੰਦਾ ਜਿਹੜਾ ਬੰਦਾ 9 ਮਹੀਨੇ ਦੀ ਸਟੱਡੀ 10 ਮਹੀਨੇ ਦੀ ਸਟੱਡੀ ਤੇ ਸਾਲ ਦੀ ਸਟੱਡੀ 10 ਮਹੀਨੇ ਚ ਕੰਪਲੀਟ ਹੋ ਜਾਂਦੀ ਹੈ ਯਾਰ ਜੇ ਅਸੀਂ 10 ਮਹੀਨੇ ਥੋੜਾ ਜਿਹਾ ਧਿਆਨ ਨਾਲ ਜਾਂ 20 ਘੰਟਿਆਂ ਨਾਲ ਸਾਰ ਲਈਏ ਤੇ ਬਾਕੀ ਮੈਂ ਤਾਂ ਇਹ ਕਹਿੰਦਾ ਯਾਰ ਜਿਹੜਾ ਬੰਦਾ ਇੱਥੇ ਸਾਲ ਦੀ ਸਟੱਡੀ ਤੇ ਹੁੰਦਾ ਉਹ ਸਾਲ ਦੀ ਫੀਸ ਭਰ ਕੇ ਆਉ ਬੈਸਟ অপਸ਼ਨ ਹੈ ਯੂਕੇ ਦੇ ਵਿੱਚ ਕਿਉਂਕਿ ਇੱਥੇ ਕੰਮ ਦੀ ਜਿਹੜੀ ਓਪਰਚ्युनिटी ਹੈ ਸਟੂਡੈਂਟ ਲਈ ਘਟ ਗਈ ਹੈ ਨਾ ਇੰਗਲੈਂਡ ਵਾਲੀ ਸਾਈਡ ਸਪੈਸ਼ਲੀ ਸੋ ਇਹ ਚੀਜ਼ ਦਾ ਧਿਆਨ ਰੱਖਣਾ ਕਿ ਆਪਾਂ illegal activities ਜਿਵੇਂ rong ਕੰਮ ਕਰ ਲਿਆ cash hand ਤੇ ਕੰਮ ਕਰ ਲਿਆ ਤੇ ਹੋਰ ਡਰਾਈਵਿੰਗ ਡਰਾਈਵਿੰਗ ਦੇ ਵਿੱਚ ਵੀ ਅਸੀਂ ਕਈ ਐਕਟੀਵਿਟੀਜ਼ ਬੜਨਾ ਗਲਤ ਕਰਦੇ ਆ ਕਿ ਯਾਰ 2 ਸਾਲ ਹੋ ਗਏ ਲਾਇਸੈਂਸ ਨੂੰ ਉਵੇਂ ਹੀ ਲਈ ਫਿਰਦੇ ਇੰਡੀਅਨ ਲਾਇਸੈਂਸ ਤੇ ਹਨਾ ਪਰ ਅੱਜ ਇਹ ਸਟ੍ਰਿਕ ਹੋ ਗਿਆ ਸਟ੍ਰਿਕ ਇਹ ਸੀਗਾ ਬਸ ਇਹ ਆ ਵੀ ਜਿਹੜਾ ਬੰਦਾ ਬਚਿਆ ਹੁੰਦਾ ਉਹ ਬਚਿਆ ਹੁੰਦਾ 1 ਸਾਲ ਤੋਂ ਵੱਧ ਗੱਡੀ ਨਾ ਚਲਾਓ ਆਪਣੇ ਲਾਇਸੈਂਸ ਤੇ 1 ਸਾਲ ਤੋਂ ਬਾਅਦ ਗੱਡੀ ਨਾ ਚਲਾਓ ਤੇ ਐਮਓਟੀ ਤੇ ਇੰਸ਼ੋਰੈਂਸ ਤੋਂ ਬਿਨਾਂ ਤਾਂ ਗੱਡੀ ਚਲਾਓ ਹੀ ਨਾ ਸਿੱਧੇ ਸੀਜ਼ ਹੋਵੋਗੇ ਤੇ ਤੁਹਾਡੇ BRP ਦੇ ਪੁਆਇੰਟ ਲਾ ਦੇਣੇ ਇਹਨਾਂ ਨੇ ਠੀਕ ਹੈ ਨਾ ਇਹ ਗੱਲ ਨਾ ਕਿਉਂ ਸਾਡੇ ਕੋਲੇ ਕਿਹੜਾ ਲਾਇਸੈਂਸ ਆ ਸਾਡਾ ਇਹ ਕਰ ਦੇਣਗੇ ਜੇ ਤੇ ਲਾਇਸੈਂਸ ਬਣ ਕੇ ਆਊਗਾ ਉਹ ਪੁਆਇੰਟ ਦੇ ਵਿੱਚ ਹੀ ਬਣ ਕੇ ਆਊਗਾ ਇਹ ਗੱਲ ਦਾ ਖਿਆਲ ਰੱਖਿਓ ਇਹ ਤੁਹਾਡਾ ਵਹਿਮ ਆ ਕਿ ਜੇ ਆਪਣੇ ਕੋਲ ਲਾਇਸੈਂਸ ਨਹੀਂ ਤਾਂ ਇੱਥੇ ਕਿਹਨੇ ਪੁੱਛਣਾ ਹਣਾ ਹੁਣ ਡਰਾਈਵਿੰਗ ਤੋਂ ਇਹ ਗੱਲ ਹੋਰ ਜ਼ਿਆਦਾ ਈ ਇੱਥੇ ਅਸੀਂ ਕਰਦੇ ਆ ਅਸੀਂ ਧਿਆਨ ਨਹੀਂ ਦਿੰਦੇ ਆਉਂਦੇ ਆਉਂਦੇ ਡਰਾਈਵਿੰਗ ਲਾਇਸੈਂਸ ਵਾਲਾ ਇਹ ਵੀ ਸਾਡੀ ਵੱਡੀ ਗਲਤੀ ਏ ਡਰਾਈਵਿੰਗ ਲਾਇਸੈਂਸ ਵਾਲ ਜੇ ਤੁਹਾਡੇ ਕੋਲੇ ਇੰਟਰਨੈਸ਼ਨਲ ਲਾਇਸੈਂਸ ਹੈ ਦੋ ਤਿੰਨ ਮਹੀਨੇ 11500 ਪਾਉਂਡ ਜੋੜ ਕੇ ਜੇ ਜੋੜ ਸਕਦੇ ਹਾਂ ਤਾਂ ਠੀਕ ਹੈ ਨਾ ਹਜ਼ਾਰ ਪੌਂਡ ਦੀ ਗੱਡੀ ਮਿਲ ਜਾਂਦੀ ਹੈ ਵੈਸੇ ਠੀਕ ਠਾਕ ਲੈਣੀ ਆਪਾਂ ਕਿਹੜਾ ਇਥੇ ਔਡੀਆਂ ਲੈਣੀਆਂ ਵੱਡੀਆਂ ਹਨਾ ਸੋ ਜੇ ਉਹ ਤੁਸੀਂ ਡਰਾਈਵਿੰਗ ਕਰਨ ਲੱਗ ਜੋਂ ਤੁਹਾਡਾ ਉਹਨੂੰ ਸਭ ਤੋਂ ਮੈਂ ਕਹਿੰਦਾ ਬੈਨੀਫਿਟ ਆ ਜਿਹੜਾ ਅਸੀਂ ਭੁੱਲ ਜਾਂਦੇ ਆ ਸਾਨੂੰ ਇਥੇ ਕੋਈ ਲੈਸਨ ਦੀ ਲੋੜ ਨਹੀਂ ਪੈਣੀ ਸਿੱਧਾ ਆਪਣੀ ਗੱਡੀ ਤੇ ਟੈਸਟ ਦੇਵਾਂਗੇ ਲੈਸਨ ਦੇ 50 50 ਪੌਂਡ ਘੰਟੇ ਦੇ ਆ ਤੇ ਤੁਸੀਂ ਜੇ 15 20 ਲੈਸਨ ਵੀ ਲਏ ਤਾਂ ਤੁਹਾਡਾ ਕਿੰਨਾ ਖਰਚਾ ਜੁਗਨ ਦੀ ਗੱਡੀ ਆ ਜਾਣੀ ਸੋ ਉਹਦੇ ਨਾਲ ਤੁਹਾਡਾ ਹੱਥ ਖੁੱਲ ਜੂਗਾ ਸਮੂਦ ਹੋ ਜੂਗਾ ਕੰਮ ਤੇ ਜਾਣਾ ਕਰਨਾ ਤੁਹਾਨੂੰ ਬਹੁਤ ਸੌਖਾ ਹੋ ਜੂਗਾ ਜਿਹੜੇ ਤੁਸੀਂ ਤਿੰਨ ਠੀਕ ਹੈ ਤੁਹਾਡਾ ਸਾਰਾ ਸੌਖਾ ਹੋ ਜਾਊਗਾ ਕੰਮ ਵੀ ਕਈ ਥਾਂ ਤੇ ਜਿਆਦਾ ਵਧੀਆ ਮਿਲਦਾ ਹੁਣ ਇਹ ਚ ਹੋਰ ਗੱਲ ਆ ਜੇ ਤੁਹਾਡੇ ਕੋਲੇ ਗੱਡੀ ਆ ਜੇ ਤੁਹਾਡੇ ਕੋਲੇ ਲਾਇਸੈਂਸ ਆ ਤੁਹਾਨੂੰ ਕੇਆ ਰੋਮ ਡੋਰ ਟੂ ਡੋਰ ਜਿਹੜੀ ਜੋਬ ਮਿਲ ਜਾਂਦੀ ਆ ਸਟੂਡੈਂਟ ਦੀ ਗੱਲ ਕਰਦਾ ਡੋਰ ਟੂ ਡੋਰ ਜੋ ਜੋਬ ਮਿਲ ਜਾਂਦੀ ਆ ਉਹਦੇ ਚ ਆਪਣਾ ਐਕਸਪੀਰੀਅੰਸ ਗੇਨ ਕਰੋ ਕਿਉਂਕਿ ਸਭ ਤੋਂ ਜਿਆਦਾ ਫਿਊਚਰ ਇਥੇ ਕੇਆ ਰੋਮ ਚ ਹੀ ਆ ਅੱਜ ਦੇ ਟਾਈਮ ਦੇ ਵਿੱਚ ਦੂਜਿਆਂ ਤਾਂ ਇੰਨੀਆਂ ਤਰਖਾਵਾਂ ਵਧਾ ਦਿੱਤ ਕਹਿੰਨਾਂ ਨੇ ਕੇਆ ਰੋਮ ਦੇ ਵਿੱਚ ਜਿਹੜੇ ਕੱਲੇ ਸਟੂਡੈਂਟ ਆਉਂਦੇ ਆ ਹੁਣ ਇਸ ਟਾਈਮ ਹਨਾ ਹਾਂ ਡਿਪੈਂਡੈਂਟ ਅਸੀਂ ਨਹੀਂ ਬੁਲਾ ਸਕਦੇ ਜੇ ਕਿਹੜ ਤਹਾਡੇ ਪੈਰ ਪੱਕੇ ਹੋ ਜਾਣਗੇ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਜੇ ਤੁਹਾਡੇ ਕੋਲੇ ਗੱਡੀ ਆ ਲਾਇਸੈਂਸ ਆ ਦੇਖੋ ਗੱਡੀ ਤੇ ਲਾਇਸੈਂਸ ਨਾਲ ਤੁਹਾਡਾ ਕੀ ਫਾਇਦਾ ਹੋ ਗਿਆ ਤੁਸੀਂ ਆਪਦੇ ਜਿਹੜੀ ਗੱਡੀ ਦਾ ਪ੍ਰੈਕਟੀਕਲ ਟੈਸਟ ਦੇਣਾ ਯੂਕੇ ਦਾ ਉਹ ਵੀ ਤੁਸੀਂ ਉਹਦੇ ਚ ਵੀ ਮਾਹਰ ਹੋ ਜਾਓਗੇ ਤੇ ਤੁਹਾਨੂੰ ਇੱਕ ਜੋਬ ਵੀ ਮਿਲ ਜੂਗੀ ਜਦੋਂ ਤੁਹਾਡੇ ਕੋਲੇ 6 ਮਹੀਨੇ ਦਾ ਐਕਸਪੀਰੀਅੰਸ ਹੋ ਗਿਆ ਯੂਕੇ ਦਾ ਵੈਸਾ 3 ਮਹੀਨੇ ਦਾ ਵੀ ਲੈ ਲੈਂਦੇ ਆ ਵਧੀਆ ਕੇਅਰ ਹੋਮ ਚ ਕਿਸੇ ਚ ਗੋਰਿਆਂ ਦੇ ਕੇਅਰ ਹੋਮ ਚ ਕਿਤੇ ਕਿਤੇ ਜਿੱਥੇ ਵੀ ਤੁਹਾਨੂੰ ਲੱਗਦਾ ਸਪਾਂਸਰਸ਼ਿਪ ਮਿਲਣ ਦੇ ਚਾਂਸ ਆ ਉੱਥੇ ਜੋਬ ਅਪਲਾਈ ਕਰ ਲਓ ਹੋ ਸਕਦਾ ਤੁਹਾਨੂੰ ਸਟੂਡੈਂਟ ਨੂੰ ਸਟੱਡੀ ਤੋਂ ਬਾਅਦ ਪੀਐਸ ਠੀਕ ਹੈ ਨਾ ਰਸਤਾ ਤਾਂ ਸਹੀ ਇਹੀ ਆ ਅਸੀਂ ਕੀ ਕਰਦੇ ਆ ਅਸੀਂ ਪਹਿਲਾਂ ਸਾਡੇ ਗੱਲਾਂ ਵੱਲ ਧਿਆਨ ਨਹੀਂ ਹੁੰਦਾ ਫਿਰ ਅਸੀਂ ਉਸ ਤੋਂ ਬਾਅਦ ਕੈਰਮ ਵੱਲ ਭਜਦੇ ਆ ਉਹ ਕਹਿੰਦੇ ਜੀ 2 ਮਹੀਨਿਆਂ ਦਾ ਐਕਸਪੀਰੀਅੰਸ ਲਿਆਓ 3 ਮਹੀਨਿਆਂ ਦਾ ਐਕਸਪੀਰੀਅੰਸ ਲਿਆਓ ਫਿਰ ਸਾਡੇ ਕੋਲੇ ਹੁੰਦਾ ਨਹੀਂ ਯੂਕੇ ਦਾ ਐਟ ਲੀਸਟ 3 ਮੰਥ ਤੇ ਜਾਂ 6 ਮਹੀਨਿਆਂ ਦਾ ਜਿਹੜਾ ਤੁਹਾਡੇ ਕੋਲੇ ਐਕਸਪੀਰੀਅੰਸ ਆ ਕੈਰਮ ਦਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਸਪੌਂਸਰਸ਼ਿਪ ਤੋਂ ਤੁਹਾਨੂੰ ਕੋਈ ਜਵਾਬ ਦੇਊਗਾ ਤੁਹਾਡੇ ਕੋਲੇ 6 ਮਹੀਨਿਆਂ ਦਾ ਐਕਸਪੀਰੀਅੰਸ ਹੋਵੇ ਯੂਕੇ ਦਾ ਲਾਇਸੈਂਸ ਵੀ ਉਹਨੂੰ ਆ ਜਾਊਗਾ ਤੇ ਤੁਹਾਡੇ ਕੋਲੇ ਗੱਡੀ ਹੋਵੇ ਤੋ ਤੁਹਾਨੂੰ 100% ਮੈਂ ਕਹਿੰਦਾ ਜੇ ਇਹ ਸਾਰਾ ਕੁਝ ਤੁਹਾਡੇ ਕੋਲੇਗਾ ਤੁਹਾਨੂੰ ਇਥੇ ਸਪੱਸ਼ਟ ਚ ਫਰੀ ਮਿਲੂਗੀ ਇਹ ਮੇਰਾ ਤੁਹਾਡੇ ਨਾਲ ਵਾਦਾ ਕੋਸ਼ਿਸ਼ ਤਾਂ ਕਰੋ ਯਾਰ ਇਹ ਤਾਂ ਨਹੀਂ ਵੀ ਕੋਸ਼ਿਸ਼ ਨਾ ਕਰੋ ਇੱਕ ਅਜੀ ਹੋਰ ਗਲਤੀ ਬੜੀ ਕਰਦੇ ਆ ਇਥੇ ਹਨਾ ਉਥੋਂ ਚੜਨਗੇ ਇੰਡੀਆ ਤੋਂ ਮੈਂ ਲੰਡਨ ਜਾਣਾ ਬਸ ਇੰਗਲੈਂਡ ਵਾਲੀ ਸਿਚੁਏਸ਼ਨ ਜਾਣਾ ਉਥੇ ਮੇਰੇ ਭੂਆ ਦਾ ਮੁੰਡਾ ਉਥੇ ਮੇਰੇ ਫਲਾਨਾ ਇੱਥੇ ਆ ਕੇ ਜਦੋਂ ਤੁਸੀਂ ਮਿਲਦੇ ਹੋ ਸਾਰਿਆਂ ਨੂੰ ਹਨਾ ਕੋਈ ਇੱਥੇ ਬਾਈ ਤੁਹਾਨੂੰ ਦਸ ਦਿਨ ਤੋਂ ਵੱਧ ਰੱਖ ਕੇ ਖੁਸ਼ ਨਹੀਂ ਹਨਾ ਕੋਈ ਚੰਗਾ ਹੋ ਸਕਦਾ ਹੋਵੇ ਤੇ ਮੈਂ ਤਾਂ ਇਸ ਤੱਕ ਇਹੀ ਚੀਜ਼ ਨੋਟ ਕੀਤੀ ਆ ਹੁਣ ਕਈਆਂ ਦੇ ਪੰਜਾਬੀਆਂ ਦੇ ਇਥੇ ਪੀੜ ਵੀ ਹੋਊਗੀ ਕਿ ਸਭ ਤੋਂ ਜ਼ਿਆਦਾ ਪਾਕਿਸਤਾਨੀ ਤੇ ਪੰਜਾਬੀ ਵੱਢੀ ਜਾਂਦੇ ਆਪਣੇ ਬੰਦਿਆਂ ਨੂੰ 4-4 ਪਾਉਂਡ ਤੇ 3-3 ਪਾਉਂਡ ਤੇ ਕੰਮ ਵੀ ਤਾਂ ਉੱਥੇ ਕਰਦੇ ਆ ਆਪਾਂ ਹੁਣ ਬਹੁਤ ਬੰਦੇ ਫੇਰ ਕਹਿਣਗੇ ਚਲ ਕੋਈ ਨਹੀਂ ਬਾਈ ਰੋਜੀ ਰੂਟੀ ਤਾਂ ਚੱਲਦੀ ਆ ਉਥੋਂ ਚਲੋ ਠੀਕ ਆ ਫਿਰ ਰੋਜੀ ਰੂਟੀ ਚੱਲੂਗੀ ਹਨਾ ਫਿਰ ਆਪਾਂ ਲੰਬਾ ਸਮਾਂ ਆਪਾਂ ਇੱਥੇ ਸਰਵਾਈਵ ਕਰਨ ਬਾਰੇ ਨਾ ਸੋਚੀਏ ਸੋ ਆਪਣੀ ਕਮਿਊਨਿਟੀ ਤੋਂ ਬਾਹਰ ਜਾਓ ਇਹ ਨਾ ਇਹ ਨਾ ਡਰਿਆ ਕਰੋ ਮੈਨੂੰ ਇੰਗਲਿਸ਼ ਨਹੀਂ ਆਉਂਦੀ ਮੈਨੂੰ ਜੇ ਨਹੀਂ ਆਉਂਦਾ ਜਦੋਂ ਕਿਸੇ ਬੰਦੇ ਨਾਲ ਵਾਹ ਪਾਊਗਾ ਨਾ ਗੋਰੇ ਦੇ ਕੰਪਨੀ ਨਾਲ ਤੁਹਾਡਾ ਤੁਹਾਡੀ ਇੰਗਲਿਸ਼ ਵੀ ਇੰਪਰੂਵ ਹੋਊਗੀ ਇੰਗਲਿਸ਼ ਇੰਪਰੂਵ ਹੋਊਗੀ ਅੱਗੇ ਜਾ ਕੇ ਤੁਹਾਡੇ ਕੰਮ ਆਊਗੀ ਫੇਰ ਹੀ ਇੰਗਲਿਸ਼ ਇੰਪਰੂਵ ਹੋਊਗੀ ਤਾਂ ਕੁਛ ਨਾ ਕੁਛ ਅੱਗੇ ਕਰਾਂਗੇ ਜੇ ਇਥੇ ਇੰਗਲਿਸ਼ ਕੰਟਰੀਆਂ ਦੇ ਵਿੱਚ ਅਸੀਂ ਇੰਗਲਿਸ਼ ਇੰਪਰੂਵ ਹੋਣ ਤੋਂ ਡਰੀ ਜਾਣਾ ਛੱਡੋ ਪਰ ਯਾਰ ਪੰਜਾਬੀ ਵਿੱਚ ਸਰੀ ਜਾਂਦਾ ਫੇਰ ਬਾਈ ਆਪਣਾ ਸਪੌਂਸਰਸ਼ਿਪ ਦਾ ਔਖਾ ਫਰੀ ਵਾਲੀ ਦਾ ਪੈਸੇ ਲੈ ਕੇ ਉਹਨਾਂ ਪਤਾ ਨਹੀਂ ਆਪਾਂ ਉਹਦੇ ਬਾਰੇ ਗੱਲ ਨਹੀਂ ਕਰਦੇ ਹਨ ਕਿਵੇਂ ਚੱਲਦੀ ਕਿਵੇਂ ਨਹੀਂ ਪਤਾ ਤੁਹਾਨੂੰ ਸਿੱਧੇ ਰਸਤੇ ਪਾਉਣਾ ਪੈਸੇ ਨਾ ਲੱਗਣ ਕੋਸ਼ਿਸ਼ ਤਾਂ ਕਰੋ ਨਾ ਪੈਸ ਸਾਨੂੰ ਹੁੰਦਾ ਜਿੱਥੇ ਅਸੀਂ ਕੰਮ ਕਰਦੇ ਆ ਜਾਂ ਜਿੱਥੇ ਸਾਡਾ ਕਾਲਜ ਆ ਯੂਨੀਵਰਸਿਟੀ ਆ ਅਕੋਮੋਡੇਸ਼ਨ ਦੂਰ ਲੱਭ ਲੈਨੇ ਆ ਲੈ ਇੱਥੇ ਰਹਿ ਲਾਂਗੇ ਜਾਣਾ ਹੀ ਆ ਤਿੰਨ ਤਿੰਨ ਘੰਟੇ ਰਸਤਿਆਂ 'ਚ ਗਾਲ ਦਿੰਨੇ ਆ ਤਿੰਨ ਘੰਟੇ ਜਾਣ ਦੇ ਤਿੰਨ ਘੰਟੇ ਆਉਣ ਦੇ ਬਹੁਤ ਬੰਦੇ ਇਦਾਂ ਰਹਿੰਦੇ ਆ ਸੋ ਯਾਰ ਤੁਸੀਂ ਕੋਲੇ ਰਹੋ ਜਿੱਥੇ ਤੁਹਾਡਾ ਸਾਰਾ ਸਿਸਟਮ ਆ ਤੁਸੀਂ ਸੌਖੇ ਰਹੋ ਜਿਹੜੇ 6 ਘੰਟੇ ਆ ਹੋਸਦਾ 6 ਘੰਟੇ ਤੁਸੀਂ ਕੰਮ ਕਰਨ ਉਹ ਰਸਤਿਆਂ 'ਚ ਬੱਸਾਂ 'ਚ ਤੇ ਫਿਰ ਕਿਰਾਇਆ ਅਲੱਗ ਤੋਂ ਹਣਾ ਕਿੰਨਾ ਕਿਰਾਇਆ ਲਾ ਗਿਆਂਦਾ ਬੱਸਾਂ ਤੇ ਟ੍ਰੇਨਾਂ ਤੇ ਤੇ ਕਿਰਾਏ ਤੋਂ ਜ਼ਿਆਦਾ ਆ ਤੁਸੀਂ ਕਿਰਾਏ ਦਾ ਵੀ ਖਿਆਲ ਰੱਖਣਾ ਕਿ ਇੱਥੇ ਪਾਸ-ਪੂਸ ਬਣ ਜਾਂਦੇ ਆ ਜਿਹੜੇ ਉਹਨਾਂ ਦਾ ਧਿਆਨ ਦੇਣਾ ਆਉਣ ਸਾਰੀ ਇਹ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਕਿ ਯਾਰ ਮੈਂ ਇੱਥੇ ਜਿਹੜਾ ਕਿਰਾਇਆ ਉਹ ਜ਼ਿਆਦਾ ਨਹੀਂ ਲਾਉਣਾ ਉਹਨੂੰ ਸੇਵ ਕਰਨਾ ਉਹ ਕਾਰਡਰਾ ਹੀ ਕਿਵੇਂ ਹੁੰਦਾ ਸਟੂਡੈਂਟ ਲਈ ਕੀ ਕਨਸੈਸ਼ਨ ਹੁੰਦੀ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਦਿਓ ਪਾਸ ਬਣ ਜਾਂਦੇ ਹਨਾ ਬਸ ਪਾਸ ਬਣ ਜਾਂਦੇ ਜੇ ਤੁਹਾਨੂੰ ਪਤਾ ਅਸੀਂ ਜਾਣਾ ਹੀ ਜਾਣਾ ਸੋ ਇਹ ਚੀਜ਼ ਦਾ ਬਾਕੀ ਕੋਲੇਕਾਰ ਹੋਊਗਾ ਤੁਹਾਡੇ ਪੈਸੇ ਵੀ ਬਚਣਗੇ ਤੁਹਾਡਾ ਟਾਈਮ ਵੀ ਬਚੂਗਾ ਸੋ ਇਹ ਚੀਜ਼ ਦਾ ਧਿਆਨ ਰੱਖਣਾ ਗਲਤੀਆਂ ਨਹੀਂ ਕਰਨੀਆਂ ਹਨ ਜਿਹੜੀਆਂ ਅਸੀਂ ਕਾਮਨਲੀ ਇੱਥੇ ਕਰਦੇ ਆਂ ਇੱਕ ਹੋਰ ਸਾਨੂੰ ਸੀਵੀ ਲੈਟਰ ਤੇ ਕਵਰ ਲੈਟਰ ਦੀ ਬੜੀ ਪ੍ਰੋਬਲਮ ਹੁੰਦੀ ਹੈ ਹਨ ਜਦੋਂ ਅਸੀਂ ਤੇ ਜੋਬ ਅਪਲਾਈ ਕਰਦੇ ਆ ਉਦਾਂ ਹੀ ਕਰੀ ਜਾਂਦੇ ਆ ਸੀਵੀ ਲੈਟਰ ਤੇ ਕਵਰ ਲੈਟਰ ਬਹੁਤ ਇੰਪੋਰਟੈਂਟ ਆ ਇਹਨੂੰ ਬੜੇ ਧਿਆਨ ਨਾਲ ਬਣਾਉਣਾ ਹਰ ਇੱਕ ਚੀਜ਼ ਵਧੀਆ ਤਰੀਕੇ ਨਾਲ ਮੈਂਸ਼ਨ ਕਰਨੀ ਆ ਜਿੰਨਾ ਤੁਹਾਡਾ ਵਧੀਆ ਸੀਵੀ ਹੋਊਗਾ ਕਵਰ ਲੈਟਰ ਹੋਊਗਾ ਓਨੀ ਜ਼ਿਆਦਾ ਤੁਹਾਡੇ ਜੋਬ ਦੇ ਉੱਤੇ ਚਾਂਸ ਆ ਜਦੋਂ ਤੁਸੀਂ ਅਪਲਾਈ ਕਰਦੇ ਹੋ ਬਹੁਤ ਬੰਦੇ ਕਹਿੰਦੇ ਆ ਮੈਂ ਤਾਂ 100 ਜੋਬ ਅਪਲਾਈ ਕਰਦੇ ਮੈਂ ਤਾਂ ਇੱਕ ਦਾ ਵੀ ਰਿਪਲਾਈ ਨਹੀਂ ਆ ਉਹ ਤੁਹਾਡਾ ਸੀਵੀ ਵੇਖ ਕੇ ਤੁਹਾਨੂੰ ਰਿਜੈਕਟ ਕਰ ਦਿੰਦੇ ਆ ਹੁੰਦੀ ਆ ਇਦਾਂ ਇਹਦਾ ਬਹੁਤ ਧਿਆਨ ਦੇਣਾ ਇਹ ਤੇ ਗਲਤੀ ਨਹੀਂ ਕਰਨੀ ਕੋਈ ਵੀ ਹਨਾ ਤੇ ਇੱਕ ਹੋਰ ਜਿਹੜਾ ਤੁਸੀਂ ਪਲੈਨਿੰਗ ਹਨਾ ਜਿਵੇਂ ਪੈਸੇ ਦੀ ਜਿਹੜੀ ਤੁਹਾਡੀ ਪਲੈਨਿੰਗ ਨਹੀਂ ਹੁੰਦੀ ਕਿ ਯਾਰ ਮੈਂ ਇਥੋਂ ਇੰਨੇ ਪੈਸੇ ਕਮਾਉਂਗਾ ਮੇਰਾ ਇੰਨਾ ਖਰਚਾ ਤੁਸੀਂ ਉਹਦੀ ਕੋਈ ਪਲੈਨਿੰਗ ਨਹੀਂ ਕਰਦੇ ਤੁਹਾਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਪੀਸ ਦੋਲ ਜਿਤੋਂ ਪੈਸੇ ਲੱਗਣਗੇ ਜੇ ਚਲੋ ਤੁਹਾਨੂੰ ਫ੍ਰੀ 'ਚ ਵੀਜ਼ਾ ਮਿਲ ਗਿਆ ਉਹ ਤੇ ਵੀ ਚਲੋ ਥੋੜਾ ਬਹੁਤ ਖਰਚਾ ਹੁੰਦਾ ਬੜਾ ਨਹੀਂ ਹੁੰਦਾ ਪਰ ਫਿਰ ਵੀ ਆਉਂਦਾ ਜਾਂ ਆਉਣ ਵਾਲੇ ਸਮੇਂ 'ਚ ਮੇਰਾ ਇੱਥੇ ਖਰਚਾ ਹੋ ਸਕਦਾ ਜਾਂ ਆਉਣ ਵਾਲੇ ਸਮੇਂ 'ਚ ਮੈਂ ਕਾਰ ਲੈਣੀ ਆ ਮੇਰਾ ਉਹਦਾ ਖਰਚਾ ਹੋ ਸਕਦਾ ਜੀ ਹਜੇ ਨਹੀਂ ਲਈ ਤਾਂ ਮੇਰਾ ਲਾਇਸੈਂਸ ਦਾ ਖਰਚਾ ਹੋ ਸਕਦਾ ਮੈਂ ਸਿਕਿਉਰਿਟੀ ਲਾਇਸੈਂਸ ਬਣਾਉਣ ਦਾ ਖਰਚਾ ਹੋ ਸਕਦਾ ਸੋ ਉਹ ਚੀਜ਼ਾਂ ਦੀ ਨਾ ਪਲਾਨਿੰਗ ਜਰੂਰ ਕਰਕੇ ਚੱਲਿਆ ਕਰੋ ਕਿ ਮੇਰਾ ਇੰਨਾ ਕੁ ਬਜਟ ਆ ਜਿਹੜਾ ਮੈਂ ਰੱਖਣਾ ਬੜਾ ਬਜਟ ਨਹੀਂ ਆ ਸ਼ੁਰੂ 'ਚ ਆਉਂਦੇ ਆ ਘਰ ਇੱਕ ਲੈ ਲੈਂਦੇ ਆ ਉੱਥੋਂ ਦੂਜੇ ਪਾਸੇ ਜਾਵੜੇ ਉੱਥੋਂ ਤੀਜੇ ਪਾਸੇ ਜਾਵੜੇ ਉੱਥੋਂ ਚੌਥੇ ਪ ਟੈਕ ਕੇ ਲਾਓ ਇੱਕ ਸਾਲ ਤੇ ਜਿੰਨੇ ਵੀ ਹੋ ਸਕਦੇ ਸੋ ਜਿਹੜੀਆਂ ਗਲਤੀਆਂ ਤੁਸੀਂ ਨਹੀਂ ਕਰਦੀਆਂ ਰੋਂਗ ਐਕਟੀਵਿਟੀਆਂ ਤੋਂ ਬਚਣਾ ਖਾਸ ਕਰਕੇ ਸਟ੍ਰਿਕਟ ਬਹੁਤ ਹੋ ਗਿਆ ਯੂਕੇ ਕਾਫੀ ਜ਼ਿਆਦਾ ਚੈਕਿੰਗ ਆ ਚਾਹੇ ਤੁਸੀਂ ਰੋਂਗ ਐਕਟੀਵਿਟੀਆਂ ਕਿਤੇ ਵੀ ਕਰਦੇ ਹੋ ਚਾਹੇ ਕੈਸ਼ ਇਨ ਹੈਂਡ ਆ ਜੋ ਵੀ ਇਮੀਗ੍ਰੇਸ਼ਨ ਦੀ ਵੀ ਹੁਣ ਤੁਹਾਨੂੰ ਪਤਾ ਜ਼ਿਆਦਾ ਹੈਗੀ ਆ ਨਾ ਜੇ ਮੈਂ ਮਈ 2024 ਦੀ ਗੱਲ ਕਰਾਂ ਕਾਫੀ ਜ਼ਿਆਦਾ ਰੇਡਸ ਆ ਤੁਸੀਂ ਵੀ ਸੁਣਦੇ ਹੋ 1 ਮਈ ਨੂੰ 18 ਬੰਦੇ ਇੰਡੀਆ ਨੂੰ ਚੱਕਿਆ ਇਹਨਾਂ ਨੇ ਹਨਾ ਸੋ ਰੇਡਸ ਹੈਗੀ ਆ ਉਹ ਚੀਜ਼ ਦਾ ਧਿਆਨ ਰੱਖਣਾ ਜਿੰਨਾ ਇੱਥੇ ਇੱਕ ਨੰਬਰ 'ਚ ਰਹੋਗੇ ਉਹਨਾਂ ਹੀ ਤੁਹਾਨੂੰ ਬੈਨੀਫਿਟ ਆ ਬਾਕੀ ਏ ਵਹਿ ਨਾ ਕਰਿਆ ਕਰੋ ਕਿ ਨਹੀਂ ਯਾਰ ਮੈਂ ਐਂ ਕਰਕੇ ਇੱਥੇ ਆਇਆ ਹਾਂ ਉਹ ਜੁਗਾ ਸੁਣੀਆਂ ਸੁਣੀਆਂ ਗੱਲਾਂ ਹੁੰਦਾ ਹੁੰਦਾ ਇੱਥੇ ਕੁਛ ਨਹੀਂ ਠੀਕ ਆ ਨਾ ਫਿਰ ਅਸੀਂ ਇਲੀਗਲ ਹੋ ਜਾਨੇ ਆ ਜਾਂ ਸਾਡੇ ਤੇ ਬਲੈਕਲਿਸਟਡ ਹੋ ਜਾਨੇ ਆ ਯੂਨੀਵਰਸਿਟੀ ਫੇਲ ਹੋ ਗਏ ਉਹਦੀ ਫੀਸ ਨਹੀਂ ਭਰੀ ਇਹ ਚੀਜ਼ਾਂ ਬਹੁਤ ਆ ਛੱਡੋ ਭਰੇ ਯਾਰ ਮੈਂ ਯੂਨੀਵਰਸਿਟੀ ਛੱਡ ਦਿੰਨਾ ਫਿਰ ਤਾਂ ਇੱਥੇ ਕੋਈ ਰਸਤਾ ਹੀ ਨਹੀਂ ਸੋ ਇਹ ਜਿਹੜੀਆਂ ਇਹ ਵੀ ਗਲਤੀ ਤੁਸੀਂ ਨਹੀਂ ਕਰਨੀ ਜਿਹੜੇ ਬੰਦੇ ਵਰਕ ਪਰਮਿਟ ਤੇ ਆਏ ਉਹ ਵੀ ਚੀਜ਼ ਦਾ ਧਿਆਨ ਦੇਣਾ ਜੇ ਉਹਨਾਂ ਦੀ ਜੌਬ ਨਹੀਂ ਚੱਲ ਰਹੀ ਜੇ ਉਹਨਾਂ ਦਾ ਕੰਪਨੀ ਕੰਮ ਨਹੀਂ ਦੇ ਰਹੀ ਤਾਂ ਉਹ ਵੀ ਆਪ ਦਾ ਸਪੌਂਸਰਸ਼ਿਪਲ ਧਿਆਨ ਦੇਣਾ ਨਹੀਂ ਤਾਂ ਉਹਨਾਂ ਦੀ ਅੱਗੇ ਪ੍ਰੋਬਲਮ ਆਊਗੀ ਨਾ ਆਉਣ ਵਾਲੀ ਗੱਲ ਨਹੀਂ ਆਉਣੀ ਆਉਣੀ ਤੁਹਾਨੂੰ ਹੋਮਵੇ ਸੋਲੋ ਮੇਲ ਆ ਜਾਣੀ ਬਹੁਤਿਆਂ ਨੂੰ ਆ ਵੀ ਗਈ ਹੈ ਨਾ ਸੋ ਇਹ ਚੀਜ਼ ਦਾ ਧਿਆਨ ਰੱਖਣਾ ਸੋ ਉਮੀਦ ਆ ਤੁਸੀਂ ਇਹ ਗਲਤੀਆਂ ਜਿਹੜੀਆਂ ਇੱਥੇ ਆ ਕਿ ਨਹੀਂ ਕਰੋਗੇ ਹਨਾ ਸਿਆਣੇ ਬਣ ਕੇ ਰਹੋ ਪਲੈਨਿੰਗ ਨਾਲ ਚੱਲਿਓ ਤਾਂ ਤੁਹਾਨੂੰ ਇੱਥੋਂ ਪੱਕੇ ਹੋਣ ਤੇ ਕੋਈ ਨਹੀਂ ਰੋ ਸਕਦਾ ਟਾਈਮ ਜ਼ਰੂਰ ਲੱਗੂਗਾ ਇੱਥੇ ਇਹ ਤਾਂ ਨਹੀਂ ਆਪਾਂ 3 ਸਾਲਾਂ ਚ ਪੱਕੇ ਹੋ ਜਾਾਂਗੇ 5 ਸਾਲ ਦੇ ਸਕਿੱਲ ਵੀ ਇਸ ਤੇ ਰਹਿਣਾ ਬਹੁਤ ਜ਼ਰੂਰੀ ਹੈ ਜੇ ਪੱਕੇ ਹੋਣਾ ਤਾਂ ਸੋ ਪਲੈਨਿੰਗ ਨਾਲ ਚੱਲੋਗੇ ਤਾਂ ਉਹ ਤੇ ਜ਼ਰੂਰ ਹੋਊਂਗੇ ਤੇ ਜੇ ਹੁਣ ਸਾਰੀ ਸਾਰੀਆਂ ਅਸੀਂ ਗਲਤ ਐਕਟੀਵਿਟੀਆ ਕਰ ਲਾਂਗੇ ਫਿਰ ਸਾਨੂੰ ਬਹੁਤ ਔਖਾ ਸੋ ਇਹ ਚੀਜ਼ ਦਾ ਧਿਆਨ ਦਿਓ ਉਮੀਦ ਆ ਕੋਈ ਗੱਲ ਹੋ ਸਕਦਾ ਮੇਰੇ ਤੋਂ ਰਹਿ ਵੀ ਗਈ ਹੋਵੇ ਜਿਹੜੀ ਅਸੀਂ ਗਲਤੀ ਇੱਥੇ ਕਰਦੇ ਹਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਕਿ ਯਾਰ ਕਿਹੜੀਆਂ ਗਲਤੀਆਂ ਅਸੀਂ ਇੱਥੇ ਕਰਦੇ ਹਾਂ ਨਾ ਮੈਂ ਮੋਟੀਆਂ-ਮੋਟੀਆਂ ਗੱਲਾਂ ਜਿੰਨੇ ਮੇਰੇ ਮਾਈਂਡ ਚ ਆਈਆਂ ਕਿਉਂਕਿ ਮੈਂ ਕਦੇ ਵੀ ਕੋਈ ਵੀਡੀਓ ਬਣਾਉਣ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇੰਸਟਾਗ੍ਰam ਤੇ ਜੇ ਮੈਸੇਜ ਕਰਦੇ ਹੋ ਮੈਂ ਤਾਂ ਮੈਂ ਵਾਰੀ ਵਾਰੀ ਰਿਕਵੈਸਟ ਕਰਦਾ ਕਿ ਪਲੀਜ਼ ਯਾਰ ਹੈਲੋ ਹਾਈ ਨੂੰ ਛੱਡ ਕੇ ਸਿੱਧਾ ਵਾਇਸ ਨੋਟ ਛੱਡਿਆ ਕਰੋ ਤਾਂ ਕਿ ਮੈਨੂੰ ਵੀ ਰਿਪਲਾਈ ਕਰਨਾ ਜਿਹੜਾ ਇੱਕ ਟਾਈਮ 'ਚ ਮੈਂ ਰਿਪਲਾਈ ਕਰ ਦਿਆਂ ਨੀ ਤੇ ਤੁਹਾਡੇ ਪਹਿਲਾਂ ਹੈਲੋ ਦਾ ਜਵਾਬ ਦੇਣਾ ਪੈਂਦਾ ਫਿਰ ਦੋ ਤਿੰਨ ਵਾਰੀ ਤੁਹਾਡੇ ਅਕਾਊਂਟ ਤੇ ਜਾ ਕੇ ਮੈਸੇਜ ਕਰਨ ਨਾਲੋਂ ਚੰਗਾ ਮੈਂ ਕਰੀ ਕਰਾਂ ਮੇਰੇ ਲਈ ਸਭ ਖਾ ਰਿਪਲਾਈ ਜਰੂਰ ਕਰੂੰਗਾ ਮੈਂ ਬਸ ਵਾਇਸ ਨੋਟ ਛੱਡ ਦਿਆ ਕਰੋ ਜੋ ਵੀ ਗੱਲ ਹੁੰਦੀ ਹੈ ਹਣਾ ਸੋ ਚੈਨਲ ਨੂੰ ਸ